ਜੀ ਲਾਈਵ ਕਰਨਾ ਹੈ, ਇਸ ਕੈਮਰੇ ਨਾਲ ਕਰਨਾ ਹੈ। ਮੈਂ ਮੀਆਂ ਸਾਹਿਬ ਦੇ ਨਾਲ ਬੈਠਾ ਵਾ, ਸਾਹਮਣੇ ਧੁੱਪ ਹੀ ਸਹੀ ਹੈ ਸਗੋਂ, ਹੈ ਨਾ, ਉਧਰ ਉਧਰ ਕਲੀਅਰ ਠੀਕ ਹੋਵੇ। ਕੋਈ ਨਹੀਂ, ਹਾਲਾ ਖੈਰ ਹੈ, ਚੱਲਣ ਦੇ ਹਾਲਾ ਥੋੜ੍ਹੇ ਜਿਹੇ। ਅੱਛਾ 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 ਉਸਤਾਦ ਜੀ, ਦੱਸੋ ਕੁਝ ਥੋੜ੍ਹਾ ਜਿਹਾ ਆਪਣੇ ਬਾਰੇ 'ਚ। ਅੱਛਾ ਮੀਆਂ ਸਾਹਿਬ ਨੇ ਤੁਹਾਡਾ ਤਲਕ ਕੇ ਸ਼ਗੀਰ ਤੋਂ ਪਹਿਲਾਂ ਤਾਂ ਇਹ ਦੱਸੋ। ਮੇਰਾ ਜੀ ਭਾਈਚਾਰਾ। ਭਾਈਚਾਰਾ, ਕਿੰਨੇ ਅਰਸੇ ਤੋਂ ਮੀਆਂ ਸਾਹਿਬ ਦੇ ਨਾਲ ਹੋ ਤੁਸੀਂ? ਚੌਥੀ ਪੀੜ੍ਹੀ ਮੇਰੀ ਲਾਂਗੀ। ਚੌਥੀ ਪੀੜ੍ਹੀ ਨਾਲ ਨਾਲ ਹੀ ਮੀਆਂ ਜ਼ਹੀਰ ਸਾਹਿਬ, ਮੀਆਂ ਜ਼ਹੀਰ ਸਾਹਿਬ ਇਹਨਾਂ ਦਾ ਬੇਟਾ। ਠੀਕ ਹੋ ਗਿਆ। ਅਤੇ ਕਬੂਤਰਾਂ ਦਾ ਸ਼ੌਕ ਤੁਹਾਨੂੰ ਕਿੰਨਾ? ਹਾਂਜੀ, ਕਬੂਤਰਾਂ ਬਾਰੇ ਵੀ ਥੋੜ੍ਹਾ ਜਿਹਾ ਦੱਸੋ। ਕਬੂਤਰਾਂ ਬਾਰੇ ਇਹ ਵੀ ਮੀਆਂ ਸਾਹਿਬ ਨੇ ਇੱਕ ਵਾਰੀ ਮੈਂ ਨਾ ਗੈਸ ਪਿਆ ਸੀ। ਅੱਛਾ। ਮੈਂ ਫ੍ਰੀ ਸੀ ਉਹਨਾਂ ਦਾ ਦੋਸਤ। ਮੈਨੂੰ ਕੋਈ ਕਿਸੇ ਦੀ ਕੋਈ ਮਤਲਬ ਕੰਡਕਟ ਨਹੀਂ ਸੀ, ਫ੍ਰੀ ਸਾ ਜਿਵੇਂ ਮਰਜ਼ੀ ਅਸੀਂ ਖੇਡੀਏ। ਇਸ ਦਿਨ ਜੋੜੇ ਲਾਉਣ ਦੇ ਆਏ ਅਤੇ ਇਹਨਾਂ ਦੇ ਭਾਈ ਮੀਆਂ ਰੂਖ ਨੇ ਜੋੜੇ ਲਾਏ। ਅੱਛਾ। ਅਤੇ ਅਸੀਂ ਆਏ ਟਿਊਬਵੈਲ 'ਤੇ ਸ਼ੌਕ ਕਰਨੇ ਸਨ। ਠੀਕ ਹੈ। ਅਸੀਂ ਆਏ ਉੱਥੋਂ ਅਤੇ ਅਸੀਂ ਮੀਆਂ ਨਜ਼ੀਰ ਨੇ ਕਿਹਾ ਯਾਰ ਤੂੰ ਜੋੜਾ ਜਿਹਾ, ਉਹਨੇ ਮੀਆਂ ਸਾਹਿਬ ਜੋੜੇ ਲਾ ਤੇ ਬਹਿ ਜਾ ਬਹਿ ਜਾ ਹੋ ਜਾਏਗੀ। ਅੱਛਾ। ਉਹਨੇ ਵੇਖੇ ਬੁੱਖੇ ਅਤੇ ਉਹਨੇ ਆਏ ਮੀਆਂ ਰੂਪ ਸਾਹਿਬ, ਤੁਸੀਂ ਉਹ ਜੋੜਾ ਤਾਂ ਲਾਇਆ ਨਹੀਂ। ਅੱਛਾ। ਉਹਨੇ ਆ ਕਿਹੜਾ ਭਾਜੀ, ਉਹਨੇ ਆ ਜਿਹੜਾ ਸਾਰਿਆਂ ਤੋਂ ਪਿੱਛੋਂ ਬਹਿਣਾ। ਠੀਕ। ਮੈਂ ਮੀਆਂ ਨਜ਼ੀਰ ਨੂੰ ਕਿਹਾ ਤੂੰ ਦੱਸਣਾ ਨਹੀਂ ਆਪਦੇ ਭਰਾ ਦਾ ਤੜਾ ਨਹੀਂ ਕੁੱਟਣਾ। ਠੀਕ ਹੋ ਗਿਆ, ਮਜ਼ਾਕ ਜੀ ਅਸੀਂ ਇੱਕ ਦੂਜੇ। ਅੱਛਾ, ਇਸ ਤੋਂ ਇਲਾਵਾ ਮੀਆਂ ਨਜ਼ੀਰ ਸਾਹਿਬ ਦੇ ਨਾਲ ਕੋਈ ਤੁਹਾਡੀ ਕਬੂਤਰਾਂ ਦੇ ਹਵਾਲੇ ਨਾਲ ਹੋਰ ਕੋਈ ਯਾਦਗਾਰ ਹੋਵੇ? ਮੈਨੂੰ ਯਾਦਗਾਰ ਵਾਲੀ ਗੱਲ ਦੱਸਣਾ, ਅਸੀਂ ਯਾਦਗਾਰ ਜੀ ਯਾਦਗਾਰ ਤੁਹਾਨੂੰ ਲੱਭਣੀ ਨਹੀਂ। ਅੱਛਾ। ਉਹ ਥੋੜ੍ਹੀ ਜਿਹੀ ਗੱਲ ਤਾਂ ਮੈਂ ਤੁਹਾਨੂੰ ਪੂਰੀ ਸੁਣਾਉਣ ਡਿਆ। ਨਹੀਂ ਨਹੀਂ ਦੱਸੋ ਤੁਸੀਂ। ਉਹ ਨਾ ਮੈਂ ਕਿਹਾ ਫਿਰ ਬਹਿਸ ਪਿਆ ਅਤੇ ਉਹਨਾਂ ਨੇ ਕਿਹਾ ਜੀ ਪਾਸੇ ਹੋ ਗਏ, ਮੈਂ ਦੱਸਣਾ ਨਹੀਂ ਅਤੇ ਉਹਨੇ ਦੱਸਤਾ ਭਾਈ ਸੀ ਆਖਿਰ, ਉਹਨਾਂ ਲਿਆ ਕੇ ਉਹ ਜੋੜਾ ਲਾ ਤਾ। ਅੱਛਾ। ਮੈਂ ਕਿਹਾ ਜੀ ਮੈਂ ਨਹੀਂ ਮੰਨਦਾ। ਠੀਕ ਹੋ ਗਿਆ, ਮੈਂ ਖਰਾਬ ਹੋ ਗਿਆ। ਠੀਕ ਹੋ ਗਿਆ। ਇਹ ਤੂੰ ਕਿਵੇਂ ਮੰਨੇਗਾ? ਮੈਂ ਇਵੇਂ ਮੰਨਾਂਗਾ, ਇਹਦਾ ਟਾਈਮ ਦੇ। ਠੀਕ ਹੈ। ਉਹਨਾਂ ਟਾਈਮ ਦਿੱਤਾ, ਉਹਨੇ ਆਇਆ ਰਸ਼ੀਦ ਦੇ 4-5 ਵਜੇ ਬਹਿਗਾ। ਠੀਕ। ਮੈਂ ਨਹੀਂ ਮੰਨਦਾ, ਇਹ ਕਿਵੇਂ ਮੰਨਣਾ? ਮੈਂ ਪਾਸਪੋਰਟ ਲਿਆਓ ਅਤੇ ਦਸਖਤ ਕਰੋ। ਅੱਛਾ। ਸਾਈਨ ਕਰਵਾਏ। ਠੀਕ ਹੈ। ਅੱਲਾਹ ਦੀ ਮਿਹਰਬਾਨੀ ਨਾਲ ਨਾ ਉਹ ਵਾਕਿਆ ਟਾਈਮ ਆਇਆ, ਕੋਈ 4 ਮਹੀਨੇ ਬਾਅਦ ਬੱਚੇ ਨਿਕਲੇ, ਬੱਚਾ ਜੇ 5-5 ਕਲੀ ਦਾ ਸੀ ਕਿ 4-4 ਕਲੀ ਦਾ ਸੀ, ਉਹ ਥੋੜ੍ਹਾ ਜਿਹਾ ਨਾ ਲਿਸਾ ਹੋ ਗਿਆ, ਆੜਦੇ ਚੰਗ ਕੇ ਫਿਰ ਠੀਕ ਹੋ ਗਿਆ 2 ਦਿਨ। ਠੀਕ ਹੋ ਗਿਆ। ਉਹਦਾ ਨਾਂ ਰੱਖਤਾ ਮਾਰੋ। ਠੀਕ ਹੈ। ਉਹ ਬੈਠਾ ਜੀ ਤੇ ਬਾਅਦ ਫਿਰ ਇੰਟਰਵਿਊ ਨਾਲ ਮੀਆਂ ਸਾਹਿਬ ਬੋਲੋ ਤੁਸੀਂ। ਉਹ ਬੈਠਾ 5-16 ਦੇ ਬੱਚਾ। ਅੱਛਾ। ਉਹਨੇ ਆਉਣ ਜੀ ਰਸ਼ੀਦ ਸਾਹਿਬ ਜੇਠ ਦਾ ਟਾਈਮ ਸੀ, ਫਰਕਾਂ ਦਿੰਦੇ ਹੈ ਪਰ ਬਾਦੀ ਨਹੀਂ ਸੀ। ਉਹ ਬੈਠਾ 5-16 ਤੇ। ਠੀਕ ਹੈ। ਉਹਨੇ ਆਉਣ ਜੀ ਰਸ਼ੀਦ ਸਾਹਿਬ, ਮੈਂ ਜੀ ਮੀਆਂ ਨਜ਼ੀਰ ਸਾਹਿਬ ਜ਼ਿੰਦਾਬਾਦ। ਮੈਂ ਫਿਰ ਕੈਜੇ ਆਜ਼ਮ ਦਾ ਖਿਤਾਬ ਦੇ ਦਿੱਤਾ, ਮੈਂ ਮੀਆਂ ਨਜ਼ੀਰ ਕੈਜੇ ਆਜ਼ਮ ਕਬੂਤਰਬਾਜ਼ੀ ਦੇ ਬਾਦਸ਼ਾਹ ਮੇਰਾ ਆਏਗਾ। ਅੱਛਾ, ਮੀਆਂ ਸਾਹਿਬ ਨੂੰ ਆਪਣੇ ਕਬੂਤਰਾਂ 'ਚ ਤੁਸੀਂ ਕਾਫੀ ਵਕਤ ਉਹਨਾਂ ਨਾਲ ਗੁਜ਼ਾਰਿਆ ਹੋਇਆ, ਮੀਆਂ ਸਾਹਿਬ ਨੂੰ ਆਪਣੇ ਕਬੂਤਰਾਂ 'ਚ ਕਬੂਤਰ ਤਾਂ ਸਾਰੇ ਉਹਨਾਂ ਦੇ ਚੰਗੇ, ਉਹਨਾਂ ਨੂੰ ਜਿਹੜੇ ਉਹਨਾਂ ਦੇ ਦਿਲ ਵਾਲੇ ਕਬੂਤਰ ਸਨ ਉਹ ਕਿਹੜੇ ਸਨ? ਉਹ ਹੀ ਸੀ ਤੇ ਰੱਖੇ ਨਾ, ਜਿਹੜੇ ਦਿਲ ਵਾਲੇ ਨਾ ਹੋਣ ਫਿਰ ਉਹ ਬੰਦਾ ਰੱਖਦਾ ਹੀ ਨਹੀਂ। ਨਹੀਂ ਨਹੀਂ, ਕਬੂਤਰ ਸਾਰੇ ਚੰਗੇ ਨੇ, ਉਹਨਾਂ ਦੇ ਸਾਰੇ ਦਿਲ ਵਾਲੇ, ਲੇਕਿਨ ਹੁੰਦਾ ਨਾ ਕਿ ਡੱਬਲ ਹੋ ਗਏ, ਲਾਲ ਪਰੀ ਹੋ ਗਏ, ਟੈਡੀ ਹੋ ਗਏ, ਇਹਨਾਂ 'ਚ ਜਿਹੜੇ ਉਹਨਾਂ ਨੂੰ ਜ਼ਿਆਦਾ ਪਸੰਦ ਸਨ ਉਹ ਕਿਹੜੇ ਕਬੂਤਰ ਸਨ? ਦੇਖੋ ਜੀ, ਮੈਂ ਤੁਹਾਨੂੰ ਵਾਰ ਵਾਰ ਉਹ ਗੱਲ ਕਰਨਾ ਵੀ ਜਿਹੜਾ ਪਸੰਦ ਨਾ ਹੋਵੇ ਫਿਰ ਉਹਨੂੰ ਕੱਢ ਦਿੰਦਾ ਬੰਦਾ, ਰੱਖਦਾ ਹੀ ਨਹੀਂ। ਸਾਰੇ ਅੱਛੇ ਨੇ ਬਣਾਏ ਮੀਆਂ ਸਾਹਿਬ ਨੇ, ਔਰ ਜੇ ਜੇ ਬਣਾਏ ਨੇ ਅੱਲਾਹ ਦੀ ਮਿਹਰਬਾਨੀ ਨਾਲ ਇਹੋ ਜਿਹੇ ਕਿਸੇ ਕੋਲ ਨਹੀਂ ਹੋਣਗੇ। ਜੇ ਹੋਣਗੇ ਕਿਸੇ ਕੋਲ ਤਾਂ 1-2-4 ਹੋਣਗੇ, ਇਹਨਾਂ ਕੋਲ ਤਾਦਾਦ ਜ਼ਿਆਦਾ ਅੱਛੇ। ਠੀਕ ਹੈ। ਸਭ ਤੋਂ ਬੈਸਟ ਇਸ ਵੇਲੇ ਚੀਨੇ। ਠੀਕ। ਅੱਲਾਹ ਦੀ ਮਿਹਰਬਾਨੀ ਨਾਲ ਕਿਸੇ ਕੋਲ ਨਹੀਂ ਹੋਣਗੇ। ਠੀਕ। ਸਵਾ
ਮੀਆਂ ਤੜਾ ਕੱਢ ਕੇ। ਅੱਛਾ ਇਸ ਤੋਂ ਇਲਾਵਾ ਕੋਈ ਹੋਰ ਯਾਦਗਾਰ ਦੱਸੋ, ਤੁਸੀਂ ਪੁੱਛੋਗੇ ਤੇ ਮੈਂ ਦੱਸਾਂ। ਮੈਂ ਯਾਦਗਾਰ ਤੁਸਾਂ ਦੱਸਣੀ ਹੈ ਕਿਉਂਕਿ ਵਕਤ ਚੋਖਾ ਜ਼ਿਆਦਾ ਤੁਹਾਡਾ ਨਹੀਂ ਹੈ। ਇਹ ਸੀ ਵੀ ਅੱਛੇ ਦੋਸਤ ਸੀ, ਅੱਛੇ ਦੋਸਤ ਸੀ, ਬਹੁਤ ਨਹੀਂ ਆਦਮੀ ਸੀ, ਬੇਲੀਆਂ ਦੇ ਬੇਲੀ ਵੀ ਸੀ, ਉਸਤਾਦੀ ਸ਼ਗਿਰਦੀ ਨਹੀਂ ਵੀ ਸੀ, ਅਤੇ ਬੇਲੀ ਬੜੇ ਅੱਛੇ ਸੀ, ਘੱਟ ਬੇਲੀ ਆਈ ਹੁੰਦੇ ਨੇ, ਫੈਮਿਲੀ ਤਿਕਰ ਵਰਤਣ ਵਾਲੇ ਬੰਦੇ ਸੀ। ਠੀਕ ਹੈ। ਅਤੇ ਜਿੱਥੇ ਵੀ ਗਏ ਨੇ ਅੱਲਾਹ ਦੀ ਮਿਹਰਬਾਨੀ ਨਾਲ ਨਾਂ ਅੱਲਾਹ ਨੇ ਪੈਦਾ ਕੀਤਾ, ਔਰ ਅੱਛੇ ਇਨਸਾਨ ਸੀ। ਠੀਕ ਹੈ। ਘਾਟੇ ਜਿਹੇ ਬੰਦੇ ਲੱਭਦੇ ਨੇ, ਅੱਛੇ ਬੰਦੇ ਇਹੋ ਜਿਹੇ ਹੁੰਦੇ ਨੇ, ਬੜੇ ਬੇਲੀਆਂ ਨਾਲ ਵਰਤੇ ਨੇ, ਔਰ ਅੱਲਾਹ ਦੀ ਮਿਹਰਬਾਨੀ ਨਾਲ ਅੱਜ ਵੀ ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਅੱਲਾਹ ਤਾਲਾ ਉਹਨਾਂ ਦਾ ਸਾਹਿਬਜ਼ਾਦਾ ਇਨਸ਼ਾਅੱਲਾ ਇਹ ਉਹਨਾਂ ਤੋਂ ਵੀ ਅੱਗੇ ਚਲਾ ਗਿਆ। ਉਹ ਆਪਦੇ ਵਕਤ ਦੇ ਬਾਦਸ਼ਾਹ ਸੀ, ਮੀਆਂ ਅਜ਼ੀਮ ਸਾਹਿਬ ਆਪਦੇ ਵਕਤ ਦੇ ਹੀਰੋ ਨੇ, ਔਰ ਅੱਲਾਹ ਦੀ ਮਿਹਰਬਾਨੀ ਨਾਲ ਅੱਛੀ ਨਸਲ ਹੈ, ਅੱਛਾ ਮਲੀਰ ਹੈ, ਅੱਛੇ ਦੋਸਤ ਨੇ, ਆਪ ਵੀ ਅੱਛੇ ਨੇ। ਠੀਕ ਹੈ। ਪਾਕਿਸਤਾਨ ਜਿੰਦਾਬਾਦ। ਅੱਛਾ ਹੁਣ ਬਸ ਇੱਥੋਂ ਲਾਈਵ ਕੱਟ ਕਰ ਕੱਟ ਕਰ।